ਮਹਾਂਪੁਰਖਾਂ ਦੇ ਪਾਵਨ ਅਸਥਾਨ ਤੇ ਸਜੇ ਬੈਠੇ ਆ। ਸਤਿਗੁਰਾਂ ਨੂੰ ਝੁਕਾ ਕਰਕੇ ਸੀਸ ਬੜੇ ਅਦਬ ਪ੍ਰੇਮ ਤੇ ਸਤਿਕਾਰ ਦੇ ਨਾਲ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਰੇਣ ਨਾ ਨਿੰਦੀ ਐ, ਸਾਧੂਆਂ ਨੂੰ ਖੋਰੇ ਗੋਦੜੀ ਚ ਛੁਪਿਆ ਲਾਲ ਹੋਵੇ। ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਇਹਨਾਂ ਦੀ ਤੇ ਚਾਲੀ ਨਿਰਾਲੀ ਹੁੰਦੀ ਹੈ। ਸੰਤ ਕਿਸੇ ਰੂਪ ਦਾ ਨਹੀਂ, ਸੰਤ ਕਿਸੇ ਭੇਖ ਦਾ ਨਹੀਂ, ਤੇ ਪਿਆਰੇ ਖਾਲਸਾ ਜੀ ਹਰ ਸਮੇਂ ਜਿਹੜੀ ਸੁਰਤੀ ਹੈ ਉਹ ਨਿਰੰਕਾਰ ਦੇ ਨਾਲ ਜੁੜੀ ਹੁੰਦੀ ਇਹਨਾਂ ਮਹਾਂਪੁਰਖਾਂ ਦੀ, ਤੇ ਪਿਆਰੇ ਖਾਲਸਾ ਜੀ ਤਿੰਨਾਂ ਦੇ ਪਾਵਨ ਅਸਥਾਨਾਂ ਤੇ ਸਜੇ ਬੈਠੇ ਆ ਨਤਮਸਤਕ ਹੋਣ ਦੇ ਵਾਸਤੇ। ਤੇ ਆਓ ਜਿਤਨਾ ਕੁ ਸਮਾਂ ਹੈ ਗੁਰ ਇਤਿਹਾਸ ਗੁਰ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਨਾਲ ਦੀ ਰਣ ਮਾਈ ਹੇਠ ਜਿਹੜੇ ਸਮਾਗਮ ਹੋ ਰਹੇ ਨੇ, ਇਹਨਾਂ ਸਮਾਗਮਾਂ ਦੇ ਅੰਦਰ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਕਿ ਸਮੁੱਚੇ ਜਥੇ ਨੂੰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਪਿਆਰੇ ਖਾਲਸਾ ਜੀ ਹੁਣ ਇੱਥੇ ਗੌਰ ਕਰ ਲਈਏ, ਅੱਜ ਸਾਨੂੰ ਜਿਸ ਚੀਜ਼ ਨੇ ਮਾਰਿਆ ਹੈ, ਕਿਉਂਕਿ ਸਾਡੇ ਦੇ ਵਿੱਚ ਮੈਂ ਆ ਗਈ ਨਾ ਜੀ, ਮੈਂ ਬੜਾ ਤਕੜਾ ਵਿਦਵਾਨ ਆ, ਮੈਂ ਬੜਾ ਤਕੜਾ ਦਾਨੀ ਆ, ਮੈਂ ਧਨੀ ਬੜਾ ਤਕੜਾ, ਮੇਰੇ ਜਿੱਡਾ ਚੌਂਕੜਾ ਮਾਰ ਕੇ ਕੋਈ ਤਕੜਾ ਬਾਣੀ ਨਹੀਂ ਪੜ ਸਕਦਾ, ਮੈਂ ਹਰ ਸਮੇਂ ਗੁਰੂ ਗੁਰੂ ਕਰਦਾ ਹੀ ਰਹਿਣਾ। ਇਹ ਜਿਹੜਾ ਹੰਕਾਰ ਹੈ ਨਾ ਸੰਗਤ ਜੀ, ਇਹ ਇਨਸਾਨ ਨੂੰ ਇਨਸਾਨ ਨਹੀਂ ਜੇ ਰਹਿਣ ਦਿੰਦਾ, ਇਨਸਾਨ ਦੇ ਨਾਲੋਂ ਤੋੜ ਕਰਕੇ ਸ਼ੈਤਾਨ ਦੇ ਨਾਲ ਜੋੜ ਦਿੰਦਾ ਏ। ਅੱਜ ਅਸੀਂ ਮਾਣ ਕਰਦੇ ਆ ਧਨ ਦੌਲਤਾਂ ਦਾ ਕਿ ਮੈਂ ਉੱਚੀ ਜਾਤੀ ਦਾ, ਤੂੰ ਨੀਵੀਂ ਜਾਤੀ ਦਾ, ਪਰ ਮੇਰੇ ਸਾਹਿਬ ਦੀ ਬਾਣੀ ਪਤਾ ਕੀ ਆਉਂਦੀ ਹੈ, ਜਾਤ ਕਾ ਗਰਭ ਨਾ ਕਰ ਮੂਰਖ ਗਾ ਵਾਰਾ। ਜਿਹੜੇ ਜਾਤਾਂ ਪਾਤਾਂ ਦਾ ਫਰਕ ਸਮਝਦੇ ਨੇ ਨਾ, ਮੇਰੇ ਸਾਹਿਬ ਦੀ ਬਾਣੀ ਉਹਨਾਂ ਨੂੰ ਮੂਰਖ ਤੇ ਗਵਾਰ ਕਹਿੰਦੀ ਹੈ। ਤੇ ਸੰਗਤ ਜੀ ਮੇਰੇ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ 550 ਸਾਲਾ ਆ ਰਿਹਾ, ਤੇ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਆਖਿਆ ਸੀ, ਮਰਦਾਨਿਆ ਤੇਰੀ ਝੋਲੀ ਦੇ ਵਿੱਚ ਇਹੋ ਜਿਹਾ ਨਾਮ ਰਸ ਪਾਵਾਂਗੇ, ਜਿਸ ਦਿਨ ਤੈਨੂੰ ਨਾਮ ਰਸ ਚਖਣਾ ਆ ਗਿਆ ਨਾ, ਫਿਰ ਫਰੀਦ ਜੀ ਵਾਂਗ ਗਾਇਆ ਕਰੋਗੇ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਕਹਿਣ ਤੋਂ ਭਾਵ ਇਹ, ਜਿਸ ਸੰਗਤ ਤੋਂ ਜਿਸ ਬਾਣੀ ਤੋਂ ਅੱਜ ਅਸੀਂ ਭੱਜਦੇ ਨਾ ਸੰਗਤ ਜੀ, ਗੌਰ ਕਰਿਓ, ਖਸਮ ਵਿਸਾਰ ਖਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਜੀਵਨ ਹੈ ਨਾ ਜਿਹੜਾ ਸਦਾ ਵਾਸਤੇ ਨਹੀਂ ਰਹਿਣਾ, ਜੋ ਸੰਸਾਰ ਤੇ ਆਇਆ ਹੈ ਦੁਨੀਆ ਤੇ ਆਇਆ ਹੈ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ। ਇੱਕ ਸ਼ਾਂ ਦੇ ਵਾਂਗਰ ਸ਼ਾਂ ਹੈ ਜ਼ਿੰਦਗੀ, ਅਸਲ ਦੇ ਅੰਦਰ ਤਾਂ ਹੈ ਜ਼ਿੰਦਗੀ, ਓਏ ਮਰ ਕੇ ਵੀ ਜਿਸ ਦਾ ਨਾਂ ਹੈ ਜ਼ਿੰਦਗੀ, ਆਖਿਰ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਦੁਨੀਆ ਤੇ ਆਕੇ ਆ ਸੰਸਾਰ ਤੇ ਆਕੇ ਇਹੋ ਜਿਹਾ ਕੰਮ ਕਰ ਜਾਈਏ ਕਿ ਲੋਕ ਸਾਡੇ ਜਾਣ ਮਗਰੋਂ ਵੀ ਸਾਨੂੰ ਯਾਦ ਕਰਨ, ਨਾ ਕਿ ਫਟਕਾਰਾ ਪਾਉਣ। ਤੇ ਪਿਆਰੇ ਖਾਲਸਾ ਜੀ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਮਾਂ ਆਉਣ ਤੇ ਇਹੋ ਜਿਹਾ ਖਾਲਸਾ ਸਜਾਇਆ, ਤੇ ਪਿਆਰੇ ਖਾਲਸਾ ਜੀ ਜਿਨ੍ਹਾਂ ਨੇ ਬੰਦ ਬੰਦ ਤੇ ਕਟਵਾ ਲੈ ਖੋਪਰੀਆਂ ਤੇ ਲੁਹਾ ਲਈਆਂ, ਆਰਿਆਂ ਨਾਲ ਚਿਰਵਾ ਲੈ ਤਨ, ਪਰ ਮੁਖ ਦੇ ਵਿੱਚੋਂ
ਸੀ ਨਹੀਂ ਆਖੀ ਤੇ ਪਿਆਰੇ ਖਾਲਸਾ ਜੀ ਅੱਜ ਗੁਰੂ ਨਾਨਕ ਦਾ ਸਿੱਖ ਅੰਮ੍ਰਿਤ ਵੀ ਛਕਿਆ ਏ ਪਰ ਇੱਕ ਦਾਰੂ ਦੀ ਬੋਤਲ ਤੇ ਵਿਕਦਾ ਵੇਖਿਆ ਪਰ ਪਿਆਰੇ ਖਾਲਸਾ ਜੀ ਧਿਆਨ ਦਿਓ ਮੇਰੇ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਐਸਾ ਦੀਨ ਦਿਆਲ ਮੇਰਾ ਦਾਤਾ ਜਿਹਨੇ ਆਪਣੇ ਖਾਲਸੇ ਦੀ ਚੜ੍ਹਦੀ ਕਲਾ ਦੇ ਵਾਸਤੇ ਕਿਲੇ ਬਣਾਏ ਇੱਥੋਂ ਤੱਕ ਨਗਾਰਾ ਵੀ ਤਿਆਰ ਕਰਵਾਇਆ ਇਹ ਜਿਹੜੇ ਨਗਾਰੇ ਹੋਇਆ ਕਰਦੇ ਨੇ ਨਾ ਸੰਗਤ ਜੀ ਇਹ ਜਿਉਂਦੀਆਂ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੋਇਆ ਕਰਦਾ ਮਹਾਰਾਜ ਪਾਤਸ਼ਾਹ ਜੀ ਜਦੋਂ ਇਹ ਨਗਾਰਾ ਤਿਆਰ ਕਰਵਾਉਂਦੇ ਨੇ ਜਦੋਂ ਅਨੰਦਪੁਰ ਦੀ ਧਰਤੀ ਤੇ ਛੇਵੇਂ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਦਾਦੇ ਨੂੰ ਅੱਜ ਇਹਨਾਂ ਨੇ ਇਹਨਾਂ ਦੇ ਵੱਡ ਵਡੇਰਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ ਪਰ ਛੇਵੇਂ ਨੇ ਜਿਹੜੇ ਹੌਲੀ ਹੌਲੀ ਝਗੜੇ ਵਿੱਚ ਬਦਲ ਗਏ ਭੁੱਲ ਬੈਠੇ ਨਵੇਂ ਪਾਤਸ਼ਾਹ ਨੂੰ ਅਜੇ ਕੁਝ ਵੇਲਾ ਹੀ ਹੋਇਆ ਜਿਹਨਾਂ ਨੇ ਇਹਨਾਂ ਦੇ ਧਰਮ ਦੀ ਖਾਤਰ ਦਿੱਲੀ ਵਿਖੇ ਆਪਣਾ ਬਲੀਦਾਨ ਦਿੱਤਾ ਸੀ ਪਰ ਹੁਣ ਚੌਧਰਾਂ ਦੇ ਭੁੱਖੇ ਇਹ ਪਿਆਰੇ ਖਾਲਸਾ ਜੀ ਪਟਣੇ ਪਾਉਂਦੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਬੜੇ ਦੁਖੀ ਆ ਉਹ ਖਾਲਸਾ ਫੌਜਾਂ ਤਿਆਰ ਕਰ ਰਿਹਾ ਉਹਦੇ ਦਰਬਾਰ ਦੇ ਅੰਦਰ ਰਣਜੀਤ ਨਗਾਰਾ ਵੱਜ ਰਿਹਾ ਉੱਥੇ ਸੂਰਮੇ ਭਲੱਥਾ ਖੇਡਦੇ ਨੇ ਉੱਥੇ ਗਤਕਾ ਖੇਡਿਆ ਜਾਂਦਾ ਇਹਨਾਂ ਨੇ ਔਰੰਗਜ਼ੇਬ ਨੂੰ ਚਿੱਠੀਆਂ ਪਾਈਆਂ ਨੇ ਹੇ ਅਨਦਾਤਾ ਆ ਗੋਬਿੰਦ ਸਿੰਘ ਨੇ ਤੇਰਾ ਤਖਤਾ ਭੇਟਾ ਕੇ ਆਪਣਾ ਖਾਲਸਾ ਰਾਜ ਕਾਇਮ ਕਰ ਲੈਣਾ ਕਹਿੰਦਾ ਜੇ ਆਪਣਾ ਤਖਤ ਚਾਹੁੰਦੇ ਹੋ ਜੇ ਰਾਜ ਚਾਹੁੰਦੇ ਜੇ ਕਹਿੰਦਾ ਗੋਬਿੰਦ ਸਿੰਘ ਤੇ ਕਾਬੂ ਪਾ ਲਵੋ ਇਹ ਜਿਵੇਂ ਪਟਣੇ ਪਾਉਂਦੇ ਨੇ ਭਾਈ ਧਾਰੀਏ ਇਹ ਚਿੱਠੀਆਂ ਲਿਖਦੇ ਨੇ ਆ ਕਵੀ ਨੇ ਉਹਨਾਂ ਸਤਰਾਂ ਨੂੰ ਕਲਮ ਬੰਦ ਕਰਿਆ ਜੇ ਆਓ ਜਥੇ ਦੇ ਪਾਸੋਂ ਬੈਂਦ ਦੇ ਰੂਪ ਦੇ ਵਿੱਚ ਸੁਣਦੇ ਚੱਲਿਓ ਆਲੀ।
ਸਾ
ਖਜ਼ਨੇ ਤੋਂ ਬਾਅਦ ਜਿਹੜਾ ਪਹਿਲਾ ਜੰਗ ਹੋਇਆ ਨਾ ਉਦੋਂ ਚੜ ਕੇ ਆਇਆ। ਤੇ ਹੁਣ ਪਿਆਰੇ ਖੜਸਾ ਜੀ ਤਵਜੋ ਦਿਓ, ਇਹ ਜਾਣਦੇ ਨੇ ਕਿ ਜਿਹੜਾ ਵੀ ਇੱਕ ਵਾਰਾ ਮੇਰੇ ਗੁਰਦੇਵ ਪਾਤਸ਼ਾਹ ਜੀਆਂ ਵੱਲੇ ਚੜ ਕੇ ਗਿਆ, ਸਾਹਿਬਾਂ ਨੇ ਧੌਣ ਮਰੋੜ ਕੇ ਧਰਤੀ ਤੇ ਜ਼ਰੂਰ ਲਾਈ ਜੇ। ਇਹਨਾਂ ਵਿੱਚੋਂ ਕਈ ਇਹ ਜਾਣਦੇ ਨੇ ਹਿੰਦ ਦਾ ਵੀ ਇੱਕ ਜਾਦੂਗਰ ਹੈ, ਜਿਹੜਾ ਉਹਦੇ ਵੱਲ ਚੜ ਜਾਊ ਉਹ ਮਾਰਿਆ ਜਾਵੇਗਾ। ਪਰ ਕਈ ਜਾਣਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਅੱਲਾ ਦੇ ਭੇਜੇ ਅਲਾਹੀ ਨੂਰ ਨੇ ਉਹਨਾਂ ਦਾ ਮੁਕਾਬਲਾ ਕਰਨਾ ਠੀਕ ਗੱਲ ਨਹੀਂ। ਹੁਣ ਅਦੀਨਾ ਬੇਗ ਤੇ ਪੈਂਦੇ ਖਾਂ ਜਿਹੜੇ ਹੁਣ ਲਾਲਚ ਦੇ ਵਿੱਚ ਆਏ, ਧਨ ਮਿਲੇਗਾ, ਦੌਲਤਾਂ ਮਿਲਣਗੀਆਂ, ਜ਼ਖੀਰਾ ਮਿਲਣਗੀਆਂ, ਜੋ ਮੰਗਾਂਗੇ ਇਨਾਮ ਦਊਗਾ ਬਾਦਸ਼ਾਹ। ਇਹ ਹੁਣ ਡਾਢੇ ਹੰਕਾਰੇ ਜਿਨ੍ਹਾਂ ਨੂੰ ਆਪਣੇ ਤਕੜੇ ਸਰੀਰਾਂ ਤੇ ਮਾਣ ਕਿ ਅਸੀਂ ਸਿਰ ਤੋਂ ਲੈ ਕਰਕੇ ਪੈਰਾਂ ਤੀਕਰ ਲੋਹੇ ਦੇ ਨਾਲ ਮੜੇ ਹੋਏ ਆ, ਇਹਨਾਂ ਨੇ ਪਿਆਰੇ ਖਾਲਸਾ ਜੀ ਜੈ ਅਲੀ ਜੈ ਅਲੀ ਦੇ ਨਾਰੇ ਲਾਉਂਦਿਆਂ ਹੋਇਆਂ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਚੜ੍ਹਾਈ ਕੀਤੀ ਹੈ। ਇੱਥੇ ਮੇਰਾ ਕਲਗੀਆਂ ਵਾਲਾ ਮਹਿਬੂਬ ਪਿਆਰੇ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜਦੋਂ ਤਖ਼ਤ ਤੇ ਬਿਰਾਜਮਾਨ ਹੁੰਦੇ ਆ ਨਾ, ਜਿੱਥੇ ਸਿਰ ਤੇ ਛਤਰ ਝੁਲਦਾ ਨਾਲ ਪ੍ਰਸ਼ਾਦੀ ਹਾਥੀ ਮਹਾਰਾਜ ਦੇ ਸੀਸ ਦੇ ਉੱਪਰ ਚੌਰ ਵੀ ਕਰਦਾ। ਇਹ ਪ੍ਰਸ਼ਾਦੀ ਹਾਥੀ ਅਸਾਮ ਦੇ ਰਾਜੇ ਦੇ ਪੁੱਤਰ ਨੇ ਮਹਾਰਾਜ ਪਾਤਸ਼ਾਹ ਨੂੰ ਮਹਾਰਾਜ ਦੇ ਵਿਆਹ ਵਾਲੇ ਦਿਨ ਭੇਟਾ ਕੀਤਾ ਸੀ, ਮਧਰੇ ਜੇ ਕੱਦ ਦਾ ਹਾਥੀ। ਇਹਦੀ ਸੁੰਡ ਤੋਂ ਲੈ ਕੇ ਇਹਦੀ ਪੂਛ ਤੀਕਰ ਇੱਕ ਚਿੱਟੇ ਰੰਗ ਦੀ ਧਾਰੀ ਸੀ, ਜਿਹਦੇ ਕਰਕੇ ਹਾਥੀ ਸੀ ਜਿਹੜਾ ਬਾਹਲਾ ਹੀ ਫੱਬਦਾ ਸੀ। ਕਰਦਾ ਕੀ ਹੈ, ਜਦੋਂ ਸਤਿਗੁਰੂ ਤਖ਼ਤ ਤੇ ਬਿਰਾਜਮਾਨ ਹੁੰਦੇ ਆਪਣੀ ਸੁੰਡ ਦੇ ਨਾਲ ਚੌਰ ਪਕੜ ਕੇ ਸਾਹਿਬਾਂ ਦੇ ਸੀਸ ਤੇ ਚੌਰ ਕਰਦਾ, ਜਦੋਂ ਮੇਰੇ ਪਾਤਸ਼ਾਹ ਤੀਰ ਚਲਾਉਂਦੇ ਹੈ, ਜਿੱਥੇ ਤੀਰ ਡਿੱਗਦਾ ਤੀਰ ਚੁੱਕ ਕੇ ਲਿਆਉਂਦਾ, ਸਾਹਿਬਾਂ ਦੇ ਹੱਥ ਵਿੱਚ ਪਕੜਾ ਦਿੰਦਾ, ਤੇ ਜੇ ਮੇਰੇ ਪਾਤਸ਼ਾਹ ਪਹਾੜੀ ਦੀ ਸੈਰ ਕਰਕੇ ਆਉਂਦੇ ਹੈ ਆਪਣੀ ਸੁੰਡ ਦੇ ਵਿੱਚ ਜਲ ਪਾ ਕਰਕੇ ਮਹਾਰਾਜ ਪਾਤਸ਼ਾਹ ਦੇ ਚਰਨ ਧਵਾਉਂਦਾ, ਤਨ ਮੇਰੇ ਪਾਤਸ਼ਾਹ ਜੀ ਤਖਤ ਤੇ ਬਿਰਾਜਮਾਨ ਨੇ। ਇਧਰੋਂ ਪਿਆਰੇ ਖਾਲਸਾ ਜੀ ਸ਼ਾਮਾਂ ਦਾ ਵੇਲਾ ਪੈਂਦੇ ਖਾਂ ਤੇ ਅਦੀਨਾ ਬੇਗ ਮਾਰੋ ਮਰ ਕਰਦੇ ਪਹੁੰਚੇ ਨੇ ਅਨੰਦਪੁਰ ਦੀ ਧਰਤੀ ਤੇ। ਤੇ ਮੈਂ ਅਕਸਰ ਹੀ ਜ਼ਿਕਰ ਕਰਿਆ ਕਰਦੀ ਆ ਕਿ ਉਹਨਾਂ ਵੇਲਿਆਂ ਦੇ ਵਿੱਚ ਸੂਰਜ ਛਪਣ ਤੋਂ ਬਾਅਦ ਜੰਗ ਜਿਹੜੇ ਹੋਇਆ ਕਰਦੇ ਸੀ ਰੋਕ ਦਿੱਤੇ ਜਾਂਦੇ ਸੀ। ਜੇ ਕੋਈ ਸ਼ਾਮ ਨੂੰ ਚੜ ਕੇ ਆਉਂਦਾ ਜੰਗ ਅਗਲੇ ਦਿਨ ਸ਼ੁਰੂ ਕੀਤਾ ਜਾਂਦਾ ਸੀ, ਹੁਣ ਸ਼ਾਮ ਨੂੰ ਪਹੁੰਚੇ। ਇਹਨਾਂ ਕਿਲੇ ਅਨੰਦਗੜ੍ਹ ਤੋਂ ਥੋੜੀ ਦੂਰ ਹਟ ਕੇ ਇੱਕ ਰੁੱਖ ਹੇਠਾਂ ਪਲੰਘ ਅਡਾਇਆ, ਰਣਨੀਤੀ ਤਿਆਰ ਕਰਨ ਲੱਗੇ ਨੇ। ਰਾਤ ਬੀਤੀ ਜਾਂਦੀ ਹੈ, ਅੰਮ੍ਰਿਤ ਵੇਲਾ ਹੋਇਆ, ਕਲਗੀਆਂ ਵਾਲੇ ਪਾਤਸ਼ਾਹ ਜੀਆਂ ਦੇ ਲੱਗੇ ਨੇ ਦਰਬਾਰ। ਉਹ ਭਲਿਓ, ਅੱਜ ਅਸੀਂ ਆਪਣੇ ਵੱਲੇ ਝਾਤ ਮਾਰੀਏ ਸਾਰੇ ਰਲ ਕੇ। ਮੇਰੇ ਕਲਗੀ ਤਰਪਾਤਸ਼ਾਹ ਭਾਵੇਂ ਖੁਸ਼ੀ ਹੁੰਦੀ ਸੀ ਭਾਵੇਂ ਗਮੀ ਹੁੰਦੀ ਸੀ, ਰੋਜ਼ ਅੰਮ੍ਰਿਤ ਵੇਲੇ ਦੇ ਦਰਬਾਰ ਲੱਗਦੇ ਸੀ। ਅੱਜ ਅਸੀਂ ਮਹਿਲਾਂ ਵਰਗੀਆਂ ਕੋਠੀਆਂ ਦੇ ਨਿਵਾਸੀ ਹਾਂ, ਮਹਿੰਗੀ ਤੋਂ ਮਹਿੰਗੀ ਕਾਰ ਦੇ ਵਿੱਚ ਝੂਟੇ ਲੈਂਦੇ ਹਾਂ ਅੱਜ, ਤੇ ਮਹਿੰਗੇ ਤੋਂ ਮਹਿੰਗਾ ਅੱਜ ਕੱਪੜਾ ਪਾਉਂਦੇ ਹਾਂ, ਪਰ ਫਿਰ ਵੀ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਨਾ, ਤੇ ਫਿਰ ਐਂ ਕਹੀਦਾ ਜੀ ਅੱਜ ਤਾਂ ਮੈਂ ਤੜਕੇ ਹੀ 10 ਵਜੇ ਉੱਠ ਖਲੋਤਾ। ਅੱਜ ਸਾਡੇ ਤੜਕੇ ਦੇ ਜਿਹੜੇ ਨੇ ਉਹ 10 ਵਜੇ ਵੱਜਦੇ ਨੇ ਸਾਰਿਆਂ ਦੇ। ਪਰ ਪਿਆਰੇ ਖਾਲਸਾ ਜੀ ਵੇਖੋ, ਅਨੰਦਪੁਰ ਦੀ ਧਰਤੀ ਤੇ ਅੰਮ੍ਰਿਤ ਵੇਲੇ ਦੇ ਲੱਗੇ ਦਰਬਾਰਾਂ ਦੇ ਵਿੱਚ ਆਸ਼ਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ। ਆਸ਼ਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਹੋਰ ਸਿੰਘਾਂ ਬੇਅੰਤ ਬਾਣੀਆਂ ਦੇ ਜਾਪ ਕੀਤੇ ਨੇ, ਲੋ ਵੀ ਸੂਰਜ ਚੜਿਆ। ਇੱਧਰ ਪਈ ਲੱਗੀਆਂ ਨਗਾਰੇ ਦੇ ਉੱਪਰ ਚੋਟਾਂ, ਮੈਦਾਨੇ ਜੰਗ ਦੇ ਅੰਦਰ ਮੇਰੇ ਸਭ ਸਤਿਗੁਰਾਂ ਨੇ ਮੁਗਲਾਂ ਨੂੰ ਵੇਖ ਕੇ ਸਿੰਘਾਂ ਨੂੰ ਲਲਕਾਰ ਕੇ ਵੰਗਾਰ ਕੇ ਜੋ ਕਹਿਣਾ ਕੀਤਾ ਜੇ। ਆ ਬਜ਼ੁਰਗ ਬੈਠੇ ਹੋ, ਆ ਜਿਹੜਾ ਢਾਡੀ ਰਾਗ ਹੈ ਨਾ, ਜਿਹੜੇ ਪੁਰਾਣੇ ਬਜ਼ੁਰਗ ਹੈ ਉਹਨਾਂ ਦਾ ਮਨ ਪਸੰਦ ਰਾਗ ਜੇ ਮਿਰਜ਼ਾ। ਆਓ ਜੀ ਇਹਨਾਂ ਸਤਰਾਂ ਨੂੰ ਫਿਰ ਮਿਰਜ਼ੇ ਦੀ ਵਾਰ ਰਹੀ ਹੈ।
ਸਤਿਗੁਰਾਂ ਨੂੰ ਮੈਦਾਨੇ ਜੰਗ ਦੇ ਅੰਦਰ ਲੜਦਿਆਂ ਵੇਂਦਾ ਹੈ ਨਾ, ਹੈਰਾਨ ਰਹਿ ਗਿਆ ਆਂਦਾ ਹੈ
ਸਿੰਘ ਕਹਿੰਦਾ ਮੈਂ ਤੇ ਇਹਨੂੰ ਆਮ ਜਿਹਾ ਅਸਧਾਰਨ ਜਿਹਾ ਪੀਰ ਤੇ ਸਾਧੂ ਸਮਝਦਾ ਸੀ। ਕਹਿੰਦਾ ਕਿਆ ਖੂਬ, ਕਹਿੰਦਾ ਗੋਬਿੰਦ ਸਿੰਘ ਦਾ ਫਲਾਦ ਵਰਗਾ ਸਰੀਰ, ਆਂਦਾ ਉਹਦੇ ਗੋਲ ਡੋਲੇ, ਉਹਦਾ ਟੱਕਰ ਕਰਦਾ ਹੋਇਆ ਚਿਹਰਾ, ਕਹਿੰਦਾ ਇਹ ਤੇ ਅੱਲਾ ਤਾਲਾ ਹੀ ਧਰਤੀ ਤੇ ਤੁਰਿਆ ਫਿਰਦਾ। ਪਰ ਨਾਲ ਹੀ ਦੂਜੇ ਬੰਦੇ ਮਨ ਚ ਹੰਕਾਰ ਬੜਾ ਕਿ ਮੈਂ ਬੜਾ ਤਕੜਾ, ਮੈਂ ਬੜਾ ਡਾਢਾ। ਹੁਣ ਪਿਆਰੇ ਖਾਲਸਾ ਦੀ ਸ਼ਾਮ ਪਈ, ਜੰਗ ਰੋਕ ਦਿੱਤਾ ਗਿਆ। ਹੁਣ ਪਿਆਰਿਓ ਇਹ ਵਿਚਾਰ ਕਰਦੇ ਨੇ ਕਿ ਹੁਣ ਕੱਲ ਨੂੰ ਗੋਬਿੰਦ ਸਿੰਘ ਤੇ ਕਾਬੂ ਕਿਵੇਂ ਪਾਇਆ ਜਾਵੇ। ਰਾਤ ਬੀਤਦੀ ਜਾਂਦੀ ਹੈ, ਉਸੇ ਤਰ੍ਹਾਂ ਫਿਰ ਅੰਮ੍ਰਿਤ ਵੇਲੇ ਦੇ ਦਰਬਾਰ ਲੱਗੇ ਤੇ ਦੋ ਲਾਂਗਰੀ ਸਿੰਘ ਪਹਾੜੀ ਤੋਂ ਥੱਲੇ ਬਾਲਣ ਦੀਆਂ ਪੰਡਾਂ ਲੈਣ ਦੇ ਵਾਸਤੇ ਆਏ। ਜਦੋਂ ਵਾਪਸ ਪਹਾੜੀ ਤੇ ਚੜ੍ਹਨ ਲੱਗੇ, ਪੈਂਦੇ ਖਾਂ ਦੀ ਨਜ਼ਰੀ ਪੈ ਗਏ। ਉਹਨਾਂ ਸਿੰਘਾਂ ਉੱਪਰ ਫਾਇਰਿੰਗ ਕੀਤੀ, ਤੀਰ ਚਲਾਏ, ਸਿੰਘ ਫੱਟੜ ਹੋ ਗਏ। ਇੱਕ ਸਿੰਘ ਨੇ ਜਾ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੱਸਿਆ, ਸਾਹਿਬ ਜੀ ਕਿ ਅੱਜ ਪੈਂਦੇ ਖਾਨੇ ਕੋ ਹੋਰ ਭਾਜੀ ਪਾ ਦਿੱਤੀ ਜੇ। ਮਹਾਰਾਜ ਪਾਤਸ਼ਾਹ ਕਹਿੰਦੇ ਘਬਰਾਉਣੇ ਦੀ ਲੋੜ ਹੀ ਕੋਈ ਨਹੀਂ। ਪਾਤਸ਼ਾਹ ਜੀ ਨੇ ਆਪਣੇ ਵੱਡੇ ਫਰਜ਼ੰਦ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਕੋਲ ਬੁਲਾਇਆ। ਇੱਥੇ ਹੁਣ ਪਿਆਰਿਓ ਤਵਜੋ ਦਿਆ ਦੇ, ਵਿਚਾਰ ਕਰ ਲਈਏ ਛੋਟੀ ਜਿਹੀ। ਤਨ ਬਾਬਾ ਅਜੀਤ ਸਿੰਘ ਸਾਹਿਬ ਬਹੁਤੇ ਇੰਜ ਜਾਣਦੇ ਨੇ ਕਿ ਉਹਨਾਂ ਨੇ ਚਮਕੌੜ ਦੇ ਮੈਦਾਨ ਦੇ ਵਿੱਚ ਤੇਗ ਬਾਹ ਕਰਕੇ ਸ਼ਹਾਦਤ ਦਾ ਜਾਮ ਪੀਤਾ। ਪਰ ਬਾਬਾ ਜੀ ਨੇ ਚਾਰ ਜੰਗ ਲੜੇ ਨੇ। ਪਹਿਲਾ ਜੰਗ ਜਦੋਂ ਬਸੀ ਦੇ ਪਠਾਨ ਦੇ ਨਾਲ ਹੋਇਆ, ਆ ਦੂਜਾ ਪੈਂਦੇ ਖਾਤੇ ਅਦੀਨਾ ਬੇਗ ਨਾਲ, ਤੀਜਾ ਸਰਸਾ ਦੇ ਕੰਢੇ ਤੇ, ਤੇ ਚੌਥਾ ਚਮਕੌੜ ਦੇ ਮੈਦਾਨ ਵਿੱਚ ਜਿੱਥੇ ਬਾਬਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਪਿਆਰੇ ਖਾਲਸਾ ਜੀ, ਮੇਰੇ ਕਲਗੀ ਤੇਰੇ ਪਾਤਸ਼ਾਹ ਮਹਾਰਾਜ ਦੇ ਚਾਰ ਦੁਲਾਰੇ, ਧੰਨ ਬਾਬਾ ਅਜੀਤ ਸਿੰਘ ਸਾਹਿਬ, ਧੰਨ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ। ਆਨੰਦਪੁਰ ਦੀ ਧਰਤੀ ਤੇ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਨੂੰ ਗੱਤਕੇ ਦਾ ਅਭਿਆਸ ਕਰਾ ਰਹੇ ਸੀ। ਬਾਬਾ ਫਤਿਹ ਸਿੰਘ ਦੀ 4 ਸਾਲ ਦੀ ਉਮਰ ਸੀ ਤੇ ਆ ਕੇ ਜਿੱਦ ਕਰਨੀ ਸ਼ੁਰੂ ਕੀਤੀ ਕਿ ਮੈਨੂੰ ਵੀ ਗੱਤਕੇ ਦਾ ਅਭਿਆਸ ਕਰਾਓ। ਤੇ ਅੱਜ ਬਾਬਾ ਫਤਿਹ ਸਿੰਘ ਦੇ ਵਾਰਸ ਆ ਮੇਰੇ ਛੋਟੇ ਛੋਟੇ ਵੀਰ ਬੈਠੇ ਨੇ। ਮਾਈਓ ਧਿਆਨ ਦਿਓ, ਜਿਹੜੀ ਮਾਂ ਹੈ ਨਾ ਉਹ ਬੱਚੇ ਦੇ ਲਈ ਰੱਬ ਹੁੰਦੀ ਹੈ ਤੇ ਟੀਚਰ ਵੀ ਉਹੀ ਹੁੰਦੀ ਹੈ ਕਿ ਬੱਚੇ ਨੂੰ ਸਿਖਾਉਣਾ ਕੀ। ਅੱਜ ਕੱਲ ਦੇ ਬੱਚੇ ਕੀ ਕਹਿੰਦੇ ਨੇ, ਕੋਈ ਕਹਿੰਦਾ ਮੈਂ ਉਹ ਜਿਹੜਾ ਸਿੰਗਰ ਹੈ ਜਿਹੜਾ ਧੀਆਂ ਭੈਣਾਂ ਨੂੰ ਸਟੇਜ ਤੇ ਸ਼ਰੇਆਮ ਗਾਲਾਂ ਕੱਢੀ ਜਾਂਦਾ, ਮੈਂ ਉਹਦੇ ਵਰਗਾ ਬਣਨਾ। ਤੇ ਦੂਜੀ ਕਹਿੰਦੀ ਆ ਜਿਹਨੂੰ ਪਿਆਰੇ ਖਾਲਸਾ ਜੀ ਮਾਈ ਭਾਗੋ ਦਾ ਨਾਮ ਦੇ ਦਿੱਤਾ ਕਿ ਉਹਦੇ ਵਰਗੀ ਤਸਵੀਰ ਇਹਦੀ। ਕੋਈ ਕਹਿੰਦੀ ਮੈਂ ਸੋਨਮ ਬਾਜਵਾ ਬਣਨਾ। ਅੱਜ ਏਦਾਂ ਦੀਆਂ ਮੰਗਾਂ ਰੱਖਦੇ ਆ ਆਪਣੇ ਮਾਂ ਬਾਪ ਦੇ ਕੋਲੋਂ। ਪਰ ਧਿਆਨ ਦਿਓ, ਬਾਬਾ ਫਤਿਹ ਸਿੰਘ ਦੇ ਵਾਰਸੋ, ਅੱਜ ਅਸੀਂ ਆਪਣੇ ਵਿਰਸੇ ਨੂੰ ਭੁਲਾ ਕੇ ਤੇ ਅੱਜ ਕਿਧਰ ਨੂੰ ਤੁਰ ਪਏ। ਫਿਰ ਗੁਰੂ ਕੋਲ ਆ ਕੇ ਕਹਿੰਦੇ ਆ ਜੀ ਦੁੱਧ ਦਿਓ ਪੁੱਤ ਦਿਓ, ਪਰ ਕਦੇ ਗੁਰੂ ਦੀ ਮੰਨ ਕੇ ਵੇਖੀ। ਹੁਣ ਇੱਧਰ ਗੌਰ ਕਰਿਓ, ਜਿੱਦ ਕਰਨੀ ਸ਼ੁਰੂ ਕੀਤੀ ਬਾਬਾ ਫਤਿਹ ਸਿੰਘ ਸਾਹਿਬ ਨੇ, ਗੱਤਕਾ ਸਿਖਾ ਦਿਓ। ਧੰਨ ਬਾਬਾ ਅਜੀਤ ਸਿੰਘ ਜੀ ਕਹਿੰਦੇ ਫਤਿਹ ਸਿੰਘ ਅਜੇ ਛੋਟਾ, ਪਹਿਲਾਂ ਥੋੜਾ ਵੱਡਾ ਹੋ ਜਾ ਫਿਰ ਸਿਖਾ ਦੇਣੇ ਗੱਤਕਾ। ਛੋਟੇ ਸੀ ਨਾਰਾਜ਼ ਹੋ ਕੇ ਮਹਿਲਾਂ 'ਚ ਚਲੇ ਗਏ ਤੇ ਜਿੱਥੋਂ ਤੱਕ ਹੱਥ ਪਹੁੰਚਦਾ ਸੀ ਵੱਡਾ ਸਾਰਾ ਦਮਾਲਾ ਸਜਾ ਕੇ ਆ ਗਿਆ। ਆ ਕੇ ਕਹਿੰਦੇ ਕਿਉਂ ਵੀਰ ਜੀ, ਹੋ ਗਿਆ ਨਾ ਵੱਡਾ, ਹੁਣ ਤੇ ਸਿਖਾਓਗੇ ਨਾ ਮੈਨੂੰ ਗੱਤਕਾ। ਕਲਗੀ ਤੇਰੇ ਪਾਤਸ਼ਾਹ ਨੇ ਇਤਨਾ ਪਿਆਰ ਕੀਤਾ, ਘੁੱਟ ਕੇ ਗਲ ਦੇ ਨਾਲ ਲਾਇਆ ਤੇ ਕੀ ਕਹਿੰਦੇ ਨੇ, ਇੱਥੇ ਸਾਹਿਬਾਂ ਨੇ ਦਮਾਲੇ ਦਾ ਸਲੋਕ ਉਚਾਰਨ ਕੀਤਾ। ਸਲੋਕ ਦਮਾਲੇ ਦਾ ਸਲੋਕ, ਪਤ ਰਾਖੀ ਗੁਰ ਪਾਰ ਬ੍ਰਹਮ ਤਜ
ਪਰਪੰਚ ਮੋਹ ਬਕਾਰ ਨਾਨਕ ਸੋ ਅਰਾਧੀਏ ਅੰਤ ਨ ਪਾਰਾ ਵਾਰ ਸਜੇ ਜੋ ਤੁਮਾਲਾ ਛੁੱਟੇ ਖੂਬ ਫਰ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜ਼ਬ ਕਾ ਜੋਤ ਚੌਕੀ ਨੋ ਖੰਡਾ ਫੜਿਆ ਦੋ ਤਾਰਾ ਹੈ ਸ਼ਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ਗਗਨ ਮੰਡਲ ਮੈਂ ਬੂੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਬੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਤੁਧ ਆਗੇ ਸੀਸ ਹਮਾਰਾ ਹੈ ਲੱਟ ਪੱਟ ਫਰਰੇ ਸਜ ਰਹੇ ਗੁਰ ਸ਼ਬਦਨ ਕੀ ਪਈ ਚੰਕਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਭ ਕੁਲ ਦੀਆ ਉਦਾਰ ਐਸਾ ਮੇਰਾ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਅਜੀਤ ਸਿੰਘ ਪੁੱਤਰ ਜੀ ਖਾਲਸਾ ਜੀ ਗੱਲ ਵਿੱਚ ਪੱਲਾ ਪਾ ਕੇ ਮੈਦਾਨੇ ਚੱਲ ਅੰਦਰ ਜਾਣ ਦੀ ਆਗਿਆ ਮੰਗ ਰਹੇ ਨੇ ਸਹਿਬਾ ਨੇ ਪੁੱਤਰ ਤੇ ਕਮਲ ਕਸਾ ਕੀਤਾ ਹੋ ਚਲਗਾਈ ਦੇਗ ਮੋੜੇ ਪਿਆ ਤੇਰਾ ਵਾਲਾ ਪੱਠਾ ਸਤਗੁਰਾਂ ਨੂੰ ਟੇਕ ਕੇ ਮੱਥਾ ਬਈ ਹੋ ਕੇ ਘੋੜੇ ਤੇ ਸਵਾਰ ਜਾ ਰਹੇ ਨੇ ਮੈਦਾਨੇ ਜੰਗ ਦੇ ਬੋਲੇ ਬਈ ਸਾਹਮਣੇ ਤੱਕਿਆ
ਮੇਰੇ ਦਲ ਸ਼ਿੰਗਾਰ ਨੂੰ ਸ਼ਿੰਗਾਰ ਕੇ ਲੈ ਕੇ ਆਵੋ, ਹੁਣ ਮੈਦਾਨੇ ਜੰਗ ਦੇ ਅੰਦਰ ਅਸੀਂ ਖੁਦ ਜਾਵਾਂਗੇ। ਸਿੰਘ ਕਹਿੰਦੇ ਮਹਾਰਾਜ ਜੰਗ ਚੱਲ ਰਹੀ ਹੈ, ਸੂਰਮੇ ਲੜ ਰਹੇ, ਤੁਸੀਂ ਜੰਗ ਵੇਖੋ। ਮਹਾਰਾਜ ਕਹਿੰਦੇ ਸ਼ਰਧਾਲੂ ਦੀ ਸ਼ਰਧਾ ਜੇ ਅਸੀਂ ਆਪ ਮੈਦਾਨੇ ਜੰਗ ਅੰਦਰ ਜਾਈਏ ਤੇ ਸ਼ਰਧਾਲੂ ਦੀ ਜਿਹੜੀ ਸ਼ਰਧਾ ਹੈ ਅਸੀਂ ਤੋੜਨੀ ਨਹੀਂ ਚਾਹੁੰਦੇ, ਕਰ ਦਿਓ ਨੀਲੇ ਨੂੰ ਤਿਆਰ। ਲੋ ਬਈ ਸਿੰਘਾਂ ਨੇ ਦਲ ਸ਼ਿੰਗਾਰ ਨੂੰ ਕਰ ਦਿੱਤਾ ਜੇ ਤਿਆਰ। ਬਈ ਨੀਲਾ ਬੜਾ ਖੁਸ਼, ਨੀਲਾ ਨੱਚਦਾ ਟੱਪਦਾ ਰੁੜਕਦਾ ਬੁੜਕਦਾ ਭੁੜਕਦਾ ਸਾਹਿਬਾਂ ਨੂੰ ਕਹਿੰਦਾ ਗੋਬਿੰਦ ਸਿੰਘ, ਹੁਣ ਭੱਜੇਗਾ ਤੇ ਨਹੀਂ, ਕਹਿੰਦੇ
ਨਾਲ ਵਾਰ ਕਰੀ ਰੱਬੀ ਕਰ ਦਾ ਪਖਤ ਤੀਰ ਸਤਗੁਰਾਂ ਦੇ ਕਾਜ ਦੀ ਸਿੱਧ ਚਲਾਉਂਦਾ ਸਭ ਨੇ ਕਿਰਪਾ ਨਾਲ ਰੁਕਿਆ ਬਹੁਤ ਪੱਕੇ ਹੋਏ ਤੀਰ ਦੇ Thank you.
ਫਿਰ ਛਾਤੀਆਂ ਤੇ ਮੱਥੇ ਵੇਖ ਕੇ ਵਾਰ ਨਹੀਂ ਕਰਦੇ, ਉਹ ਫਿਰ ਕੰਨ ਦੇ ਵਿੱਚੋਂ ਦੀ ਆਉਂਦੀ ਵਾਰ ਕਰ ਦਿੰਦੇ। ਸਾਹਿਬਾਂ ਨੇ ਇਹਦੇ ਖੱਬੇ ਕੰਨ ਵਿੱਚ ਤੀਰ ਮਾਰਿਆ, ਸਜਾ ਚਪਚਾਰ ਹੋਇਆ ਆਪਣੇ ਲਹੂ ਵਿੱਚ ਕਰ ਤਾਰੀਆਂ ਲਾਉਂਦਾ ਫਿਰਦਾ ਤੇ ਖਾਲਸੇ ਦੀ ਜੈ ਜੈਕਾਰ ਹੋਈ ਜੇ ਇਹਦੀ ਫੌਜ ਦੇ ਵਿੱਚ ਭੱਜਦ ਪਈ। ਇੱਕ ਵਾਰ ਮੇਰੇ ਦਾਦੇ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਯਾਦ ਕਰਦਿਆਂ ਗੱਢ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰੇ ਖਾਲਸਾ ਜੀ ਧਿਆਨ ਦਿਓ, ਮੇਰੇ ਦਾਦੇ ਨੇ ਇਹੋ ਜਿਹਾ ਖਾਲਸਾ ਸਾਜਿਆ। ਸਾਹਿਬ ਜੀ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ। ਹੁਣ ਇੱਥੇ ਤਵੱਜੋ ਦਿਓ, ਜਦੋਂ ਸਾਹਿਬ ਜੀ ਨੰਦੇੜ ਦੀ ਧਰਤੀ ਤੇ ਸਰੀਰ ਛੱਡਣ ਲੱਗੇ ਨਾ, ਸੱਚਖੰਡ ਜਾਣ ਲੱਗੇ, ਸਿੰਘ ਕਹਿੰਦੇ ਮਹਾਰਾਜ ਤੁਹਾਡੇ ਦਤਾਰਿਆਂ ਨੂੰ ਜੇ ਮਨ ਲੋਚਿਆ ਸਾਹਿਬਾ ਕਿਵੇਂ ਕਰਾਂਗੇ, ਨਾ ਜਾਓ। ਸਤਿਗੁਰੂ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਦੇ ਦੀਦਾਰਿਆਂ ਨੂੰ ਮਨ ਲੋਚੇ, ਮੇਰੇ ਖਾਲਸੇ ਦੇ ਦਰਸ਼ਨ ਕਰ ਲਿਓ, ਉਹਨਾਂ ਚੋਂ ਮੈਂ ਤੁਹਾਨੂੰ ਆਪਣੇ ਦੀਦਾਰ ਦੇਵਾਂਗਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਸਿੰਘ ਕਹਿੰਦੇ ਮਹਾਰਾਜ ਕੋਲ ਸਿੰਘ ਨਾ ਹੋਏ, ਬਾਦਸ਼ਾਹ ਕਹਿੰਦੇ ਇਸ਼ਨਾਨ ਕਰਕੇ ਬਸਤਰ ਪਾ ਕੇ ਸੋਹਣੀ ਦਸਤਾਰ ਸਜਾ ਕੇ ਪੰਜ ਚੌਪਈ ਸਭ ਦੇ ਜਾਪ ਕਰਕੇ ਸ਼ੀਸ਼ੇ 'ਚ ਆਪਣਾ ਮੁੱਖ ਤੱਕ ਲਵੀ, ਗੁਰੂ ਗੋਬਿੰਦ ਸਿੰਘ ਤੈਨੂੰ ਤੇਰੇ 'ਚੋਂ ਆਪਣੇ ਦੀਦਾਰ ਦੇਵੇਗਾ। ਸਾਹਿਬਾ ਜੇ ਸ਼ੀਸ਼ਾ ਵੀ ਨਾ ਹੋਇਆ, ਆ ਬੈਠੇ ਜੇ ਮੇਰੇ ਬਜ਼ੁਰਗ ਤੇ ਵੀਰ ਧਿਆਨ ਦਿਓ, ਵੀਰਿਓ ਕੋਈ ਪ੍ਰਚਾਰਕ ਤੁਹਾਡਾ ਦੁਸ਼ਮਣ ਨਹੀਂ, ਇਹ ਸਤਿਗੁਰਾਂ ਦੀ ਗੋਦ ਚ ਖਲੋਤੇ ਆ, ਇਸ ਦਰ ਦੇ ਕੂਕਰ ਹਾਂ, ਸਾਡਾ ਫਰਜ਼ ਹੈ ਜੋ ਗੁਰੂ ਦਾ ਹੁਕਮ ਹੈ ਤੁਹਾਡੇ ਅੱਗੇ ਬੇਨਤੀ ਕਰਨਾ। ਤੇ ਵੀਰਿਓ ਆ ਹੁਣ ਗੱਲ ਧਿਆਨ ਨਾਲ ਸੁਣਨੀ ਜੇ, ਕਿਉਂ ਮੇਰੀਆਂ ਭੈਣਾਂ ਧਿਆਨ ਦੇਣ ਜਿਹੜੀਆਂ ਆਪਣੇ ਕੇਸਾਂ ਨੂੰ ਕੈਂਚੀ ਲਵਾਉਂਦੀਆਂ ਨੇ, ਗੌਰ ਕਰਿਓ। ਸਾਹਿਬਾ ਜੇ ਸ਼ੀਸ਼ਾ ਵੀ ਨਾ ਹੋਇਆ, ਪਾਤਸ਼ਾਹ ਕਹਿਣ ਲੱਗੇ ਸਿੰਘਾ ਫਿਰ ਆਏ ਕਰੀ ਆਪਣੇ ਦਾੜੇ ਦੇ ਦਰਸ਼ਨ ਕਰਨ ਵੀ, ਗੁਰੂ ਗੋਬਿੰਦ ਸਿੰਘ ਤੈਨੂੰ ਤੇਰੇ ਕੇਸਾਂ ਚੋਂ ਆਪਣੇ ਦੀਦਾਰ ਦੇਵੇਗਾ। ਅੱਜ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਨੇ ਕਿੱਥੋਂ ਕਰ ਲੋਗੇ ਸਤਿਗੁਰਾਂ ਦੇ ਦਰਸ਼ਨ। ਮੇਰੇ ਵੀਰੋ ਬਣੀਏ ਉਹ ਜੇ ਦਿਓ ਜਿਹਾ ਸਾਹਿਬ ਨੇ ਬਣਨ ਵਾਸਤੇ ਆਖਿਆ, ਇੱਥੋਂ ਹੀ ਮੇਰੇ ਵੀਰਾਂ ਦੇ ਵੱਲੋਂ ਹੁਕਮ ਆਇਆ ਜੀ, ਹੁਣ ਧਿਆਨ ਦਿਓ। ਗੱਲ ਕਰਨ ਲਈ ਆਖਿਆ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ, ਤੇ ਨਗਮਾ ਕਹਿਣ ਦਾ ਹੁਕਮ ਹੋਇਆ ਜੇ ਟਾਰਗੇਟ, ਤੇ ਸਮਾਂ ਵੀ ਆਪਣੇ ਕੋਲ ਤਕਰੀਬਨ ਹੁਣ ਚੰਦ ਕੁ ਮਿੰਟਾਂ ਦੇ ਦਿਲਜੇ ਦੇ ਅੰਦਰ ਰਹਿੰਦੇ ਆ, ਆਪਾਂ ਨੇ ਸਮਾਪਤੀ ਵੀ ਕਰ ਦੇਣੀ ਹੈ। ਤੇ ਪਿਆਰਿਓ ਪਹਿਲਾਂ ਉਹ ਜੇ ਬਣਨਾ ਪਊ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਊ, ਹੁਣ ਧਿਆਨ ਦਿਓ। ਇੱਕ ਵਾਰ ਮੇਰੇ ਗੁਰਦੇਵ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਸਿੰਘਾਂ ਨਾਲ ਸੈਰ ਨੂੰ ਜਾ ਰਹੇ ਸੀ ਪਹਾੜੀ ਦੀ ਨੂੰ, ਤੇ ਰਸਤੇ ਦੇ ਵਿੱਚ ਨਾਲ ਜਲ ਵਗਦਾ ਸੀ। ਮਹਾਰਾਜ ਨੇ ਇੱਕ ਪੱਥਰ ਉਠਾਇਆ, ਜਲ ਵਿੱਚ ਸੁੱਟ ਦਿੱਤਾ, ਪੱਥਰ ਡੁੱਬ ਗਿਆ। ਤੇ ਸਿੰਘਾਂ ਨੂੰ ਮਹਾਰਾਜ ਕਹਿੰਦੇ, ਸਿੰਘੋ ਜਾਣਦੇ ਹੋ ਪੱਥਰ ਪਾਣੀ ਦੇ ਵਿੱਚ ਕਿਵੇਂ ਡੁੱਬਿਆ? ਕੋਈ ਕਹਿੰਦਾ ਜੀ ਪੱਥਰ ਭਾਰੀ ਸੀ ਤਾਂ ਡੁੱਬ ਗਿਆ, ਤੇ ਭਾਈ ਨੰਦ ਲਾਲ ਸਾਹਿਬ ਕੁਝ ਵੀ ਨਾ ਬੋਲੇ। ਪਾਤਸ਼ਾਹ ਕਹਿੰਦੇ ਪਿਆਰੇ ਨੰਦ ਲਾਲ ਜੀ ਤੁਸੀਂ ਜਾਣਦੇ ਹੋ ਕਿ ਪੱਥਰ ਹੈ ਜਿਹੜਾ ਪਾਣੀ ਦੇ ਵਿੱਚ ਕਿਵੇਂ ਡੁੱਬਿਆ? ਭਾਈ ਨੰਦ ਲਾਲ ਜੀ ਹੱਥ ਜੋੜ ਕੇ ਕਹਿੰਦੇ, ਸਾਹਿਬਾ ਨੰਦ ਲਾਲ ਕੁਝ ਨਹੀਂ ਜਾਣਦਾ, ਪਰ ਇੰਨਾ ਜ਼ਰੂਰ ਜਾਣਦਾ ਦਾਤਿਆ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ, ਤੇ ਜੇ ਆਪਣੀ ਬਾਹ ਆਪਣੇ ਗੁਰੂ ਤੋਂ ਛਡਾ ਲਈ ਨਾ ਇੱਕ ਦਿਨ ਡੁੱਬਾਂਗੇ ਹੀ ਡੁੱਬਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਾਣੀ ਕਹਿੰਦੀ ਹੈ, ਬਿਨਾਂ ਸ਼ਸਤਰ ਕੇ ਸੰਗ ਨਿਰੰਗ ਭੇਡ ਜਾਨੋ।
ਤੇ ਪਿਆਰੇ ਖਾਲਸਾ ਜੀ ਇਹ ਸੱਚਾਈ ਜੇ ਮੁੰਨਿਆਂ ਤੇ ਭੇਡਾਂ ਬੱਕਰੀਆਂ ਨੂੰ ਜਾਂਦਾ ਸਾਹਿਬਾਂ ਨੇ ਸਾਨੂੰ ਗਿੱਦੜਾਂ ਤੋਂ ਕੀ ਬਣਾਇਆ ਜੇ ਸ਼ੇਰ ਗੱਜ ਕੇ ਕੀ ਬਣਾਇਆ ਜੇ ਗਿੱਦੜਾਂ ਤੋਂ ਸ਼ੇਰ ਤੇ ਜੇ ਸ਼ੇਰ ਵੱਲ ਨੂੰ ਕੋਈ ਮਾੜਾ ਜਿਹਾ ਵੀ ਆਪਣਾ ਕਦਮ ਪੁੱਟਦਾ ਪਹਿਲਾਂ ਤਾਂ ਸ਼ੇਰ ਦਹਾੜ ਕੇ ਉਹਦੇ ਲੀੜੇ ਗਿੱਲੇ ਕਰ ਦਿੰਦਾ ਤੇ ਜੇ ਉਹ ਸ਼ੇਰ ਦੇ ਦਾੜੇ ਨੂੰ ਕੋਈ ਹੱਥ ਪਾਵੇ ਨਾ ਉਹਨੂੰ ਪਾੜ ਕੇ ਰੱਖ ਦਿੰਦਾ ਤੇ ਹੁਣ ਇੱਥੇ ਮਾਫੀ ਦਿਓ ਮੇਰੇ ਵੀਰਿਓ ਉਹ ਟਕੇ ਦਾ ਨਾਈ ਨਹੀਂ ਜਿਹਦੇ ਅੱਗੇ ਜਾ ਕੇ ਅੱਜ ਸ਼ੇਰਾਂ ਦੇ ਸਿਰ ਝੁਕ ਜਾਂਦੇ ਨਾਲੇ ਤੇ ਮੂੰਹ ਮੰਗਵੇਂ ਪੈਸੇ ਲਈ ਜਾਂਦਾ ਤੇ ਨਾਲੇ ਮੁੰਨੀ ਜਾਂਦਾ ਨਾਲੇ ਚਪੇੜਾਂ ਵੀ ਮਾਰੀ ਜਾਂਦਾ ਸੱਚਾਈ ਜੇ ਤੇ ਮਹਾਰਾਜ ਕਹਿਣ ਲੱਗੇ ਸ਼ਸਤਰ ਕੇ ਅਧੀਨ ਹੈ ਰਾਜ ਸ਼ਸਤਰ ਧਾਰੀ ਹੋਈਏ ਬਹੁਤੇ ਬਜ਼ੁਰਗ ਇਹ ਕਹਿ ਦਿੰਦੇ ਨੇ ਕਿ ਬੀਬਾ ਜੀ ਆ ਜਿਹੜਾ ਸਟੇਜ ਤੇ ਪ੍ਰਚਾਰ ਕਰਦੇ ਹੋ ਉਹ ਨੌਜਵਾਨਾਂ ਨੂੰ ਭੜਕਾਉਂਦੇ ਜੋ ਜੇ ਸੱਚ ਦੀ ਗੱਲ ਕਰਕੇ ਭੜਕਦੇ ਨੇ ਫਿਰ ਭੜਕ ਉੱਠਣ ਆ ਲਚਨਾ ਨਾਲੋਂ ਤਾਂ ਖਹਿੜਾ ਛੁੱਟੇ ਕਿਉਂਕਿ ਬਾਣੀ ਕਹਿੰਦੀ ਹੈ ਕੂੜ ਨ ਖੁੱਟੇ ਨਾਨਕਾ ਓੜਕ ਸੱਚ ਰਹੀ ਜਿੱਤ ਤੇ ਆਖਰ ਸੱਚ ਦੀ ਹੁੰਦੀ ਨਾ ਭਾਈ ਦੱਸੋ ਹਾਂ ਸੱਚ ਦੇ ਨਾਲ ਖੜਨ ਵਾਲੇ ਕਿੰਨੇ ਕੁ ਹੁੰਦੇ ਨੇ ਵਿਰੋਧੀ ਜ਼ਿਆਦਾ ਹੁੰਦੇ ਨੇ ਤੇ ਪਿਆਰੇ ਖਾਲਸਾ ਜੀ ਇੱਕ ਨਿਊਜ਼ੀਲੈਂਡ ਬੈਠਾ ਬੜਾ ਅੱਗ ਲੱਗਦੀ ਜੇ ਜਿਹਨੂੰ ਬੜਾ ਕੁਝ ਬੋਲਦਾ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਬਾਰੇ ਹੁਣ ਇੱਥੇ ਧਿਆਨ ਦਿਆ ਜੇ ਆ ਇੱਕ ਲੰਡੂ ਜੇ ਸਿੰਗਰ ਦੇ ਬਾਰੇ ਕੋਈ ਮਾਰੀ ਜੀ ਖਿਲਾਫ ਕੋਈ ਪੋਸਟ ਪਾ ਦੇਵੇ ਲਾਈਨਾਂ ਲੱਗ ਜਾਂਦੀਆਂ ਨੇ ਜਾਮ ਕਰ ਦਿੰਦੇ ਹੋ ਆ ਇੱਕ ਨਿਊਜ਼ੀਲੈਂਡ ਬੈਠਾ ਜਿਹੜਾ ਸਿਰੇ ਦਾ ਬਕਵਾਸ ਕਰਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਦੋਂ ਅਨੰਦਪੁਰ ਦੀ ਧਰਤੀ ਨੂੰ ਘੇੜਾ ਪਿਆ ਸੀ ਖੁੱਡ ਦੇ ਵਿੱਚ ਵੜ ਕੇ ਬਹਿ ਗਏ ਸੀ ਜਿਹੜਾ ਮਾਤਾ ਗੁਜਰ ਕੌਰ ਜੀਆਂ ਨੂੰ ਮਾੜਾ ਬੋਲ ਸਕਦਾ ਬਾਬਾ ਦੀਪ ਸਿੰਘ ਸਾਹਿਬ ਜੀਆਂ ਬਾਰੇ ਭਾਈ ਮਨੀ ਸਿੰਘ ਸਾਹਿਬ ਜੀਆਂ ਬਾਰੇ ਤੇ ਪਿਆਰੇ ਖਾਲਸਾ ਜੀ ਕਾਲ ਕਰਿਓ ਅੱਜ ਦਮਦਮੀ ਟਕਸਾਲ ਵੱਲ ਉਂਗਲਾ ਕਰਦਾ ਇਹ ਤਖਤ ਸ੍ਰੀ ਅਕਾਲ ਤਖਤ ਸਾਹਿਬ ਉਂਗਲਾ ਕਰਦਾ ਜੇ ਸਾਡੇ ਦੁਨਿਆਵੀ ਬਾਪ ਦੇ ਦਾੜੇ ਨੂੰ ਕੋਈ ਹੱਥ ਪਾਉਂਦਾ ਨਾ ਅਸੀਂ ਉਹਨੂੰ ਮਾਰਨ ਤੱਕ ਜਾਂਦੇ ਹਾਂ ਜਿਹੜਾ ਸਾਰੀ ਦੁਨੀਆ ਨੂੰ ਪਾਲਣ ਵਾਲਾ ਜਿਹਨੇ ਆਪਣੇ ਚਾਰ ਵਾਰ ਕੇ ਸਾਨੂੰ ਧੀਆਂ ਦੇ ਪੁੱਤ ਬਣਾਇਆ ਅੱਜ ਉਹਦੇ ਵੱਲ ਕੋਈ ਉਂਗਲ ਕਰਦਾ ਤੇ ਸਾਨੂੰ ਇਕੱਠੇ ਹੋਣਾ ਪੈਣਾ ਇੱਕ ਨਿਸ਼ਾਨ ਸਾਹਿਬ ਦੇ ਥਾਂ ਇਕੱਠੇ ਹੋਈਏ ਵੱਡਾ ਕਾਫਲਾ ਬਣਾਈਏ ਵੱਡਾ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਈਏ ਪਰ ਪਤਾ ਲੱਗ ਜੂ ਕਿ ਤੁਹਾਡੇ ਮਗਰ ਲੱਗਣ ਵਾਲੇ ਉਹ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਤੇ ਪਿਆਰੇ ਖਾਲਸਾ ਜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖੇ ਇਹੋ ਜੀ ਹਸਤੀ ਜਿਹਦੀ ਫੋਟੋ ਤੋਂ ਅੱਜ ਵੀ ਬੈਰੀ ਥਰ ਥਰ ਕੰਬਦੇ ਨੇ ਤੇ ਜੇ ਇਹਨਾਂ ਸਾਹਮਣੇ ਕਹਿ ਦਈਏ ਨਾ ਆਉਂਦਾ ਤਰਿਆ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਅੱਜੇ ਤਾਂ ਬੇਹੋਸ਼ ਹੋ ਜਾਣਗੇ ਤੇ ਕੱਪੜੇ ਗਿੱਲੇ ਕਰ ਲੈਣਗੇ ਆਪਣੇ ਇੰਨਾ ਡਰਦੇ ਨੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲੋਂ ਇਹੋ ਜੀ ਮਹਾਨ ਸ਼ਖਸੀਅਤ ਨੇ ਤੇ ਪਿਆਰੇ ਖਾਲਸਾ ਜੀ ਕਵੀ ਕਹਿੰਦਾ ਬੰਦੂਕ ਤੋਂ ਦੁਨੀਆ ਡਰਦੀ ਏ ਸ਼ਮਸ਼ੀਰ ਤੋਂ ਦੁਨੀਆ ਡਰਦੀ ਏ ਸਭ ਦੀ ਲਕੀਰ ਤੋਂ ਦੁਨੀਆ ਡਰਦੀ ਏ ਸ਼ੇਰ ਦੀ ਦਹੋ ਦੁਨੀਆ ਡਰਦੀ ਏ ਕੈਸਾ ਜੋਧਾ ਭਿੰਡਰਾਂ ਵਾਲਾ ਜਿਹਦੀ ਅੱਜ ਫੋਟੋ ਤੋਂ ਦੁਨੀਆ ਸ਼ੇਰਾਂ ਦੇ ਨੂੰ ਟਕਸਾਲ ਦਮਦਮੀ ਕਹਿੰਦੇ ਅੱਜ ਵੀ ਦਮਦਮੀ ਟਕਸਾਲ ਦੀ ਓਨੀ ਚੜ੍ਹਾਈ ਹੈ ਅਜੇ ਵੀ ਬੈਰੀ ਡਰਦੇ ਨੇ ਬੇਸ਼ੱਕ ਅਜੇ ਵੀ ਬੜਾ ਕੁਝ ਬੋਲਦੇ ਨੇ ਲੋਕ ਕਿ ਗੁੰਡੇ ਨੇ ਜੀ ਇਹ ਬਾਗੀ ਨੇ ਖਾੜਕੂ ਨੇ ਮਾਣ ਨਾ ਕਹਿੰਦੇ ਆ ਖਾੜਕੂ
ਤੁਲਸੀ ਖੜਕੂ ਹਾਂ ਤੇ ਖੜਕੂ ਰਹਾਂਗੇ। ਖੜਕੂ ਕਿਵੇਂ ਬਣੇ ਯਾਰੇ? ਖਾਲਸਾ ਜੀ ਬਾਗੀ ਕਿਵੇਂ ਬਣੇ? ਅੱਤਵਾਦੀ ਕਿਵੇਂ ਬਣੇ? ਓਏ ਕਿਉਂਕਿ ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ। ਆ ਕੀ ਕਹਿੰਦੇ ਆ ਸਾਨੂੰ ਸਰਦਾਰ ਬਾਗੀ? ਹੱਥ ਸੱਜਰੀ ਲੜਦੇ ਰਹੇ ਮੁੰਡੋ ਬਈ ਤਾਈਓ ਰਿਆ ਸਾਡਾ ਕਿਰਦਾਰ ਬਾਗੀ। ਓ ਬਾਬਰ ਨੂੰ ਜਾਵਰ ਕਹਿਣ ਵਾਲੇ ਸਾਡੇ ਪਾਤਸ਼ਾਹ ਨਾਨਕ ਤਰਨਕਾਰ ਬਾਗੀ ਔਰੰਗਜ਼ੇਬ ਨਾਲ ਜਿਨ੍ਹਾਂ ਦੀ ਖੜਕਦੀ ਰਹੀ ਧੰਨ ਗੁਰੂ ਗੋਬਿੰਦ ਸਿੰਘ ਕਲਗੀ ਧੰਨ ਬਾਗੀ ਬੰਦਾ ਸਿੰਘ ਬਾਗੀ ਦੀਪ ਸਿੰਘ ਬਾਗੀ ਪਰਮੇਸ਼ਰਾਂ ਦੇ ਜਥੇ ਸਿੰਘ ਬਾਗੀ ਸ਼ਾਮ ਸਿੰਘ ਬਾਗੀ ਨਲੂਆ ਹਰੀ ਸਿੰਘ ਸੇਪਲਾ ਸਲਾਰ ਬਾਗੀ ਓ ਬਾਗੀ ਕੇਸਰੀ ਰੰਗ ਸ਼ਹਾਦਤਾਂ ਦਾ ਅਸੀਸ ਤੇ ਸਜੀ ਦਸਤਾਰ ਬਾਗੀ ਨਾਲ ਲਹੂ ਦੇ ਲਿਖਿਆ ਇਤਿਹਾਸ ਬਾਗੀ ਲੋਕੀ ਕਹਿੰਦੇ ਨੇ ਸਾਡੇ ਵਿਚਾਰ ਬਾਗੀ ਓ ਜ਼ਾਲਮ ਜ਼ੁਲਮ ਤੋਂ ਜਦੋਂ ਤੱਕ ਨਹੀਂ ਮੁੜਦੇ ਆ ਹੁੰਦੀ ਰਹੂਗੀ ਸਾਡੀ ਤਲਵਾਰ ਬਾਗੀ ਬਾਗੀ ਬਣਨ ਨੂੰ ਸਾਡਾ ਨਹੀਂ ਜੀ ਕਰਦਾ ਸਾਨੂੰ ਬਣਾਉਂਦੀ ਆ ਜ਼ਾਲਮ ਸਰਕਾਰ ਬਾਗੀ ਆ ਦੋ ਦੋ ਸਾਡੀਆਂ ਜੋੜੀਆਂ ਆਈਆਂ ਨੇ ਜੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤੇ ਪਿਆਰੇ ਖਾਲਸਾ ਜੀ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਤੇ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਸਮਾਂ ਸੀ ਜਦੋਂ ਪਾਪਨ ਇੰਦਰਾ ਆਂਦੀ ਸੀ ਮੈਂ ਸਿੱਖ ਨਹੀਂ ਵੇਖਣੇ ਤੇ ਸਿੱਖੀ ਸਿਰ ਮੰਗਦੀ ਆ ਹੋਰ ਨੂੰ ਕੀ ਨਹੀਂ ਹੋ ਸਕਦਾ ਜੇ ਸਾਡੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਨਾ ਬਹੁਤੇ ਬਜ਼ੁਰਗ ਪੁੱਛਦੇ ਨੇ ਕਿ ਲਾਈਨਾਂ ਕਿਹੜੀਆਂ ਲਿਖਦਾ ਸੁਲੱਖਣ ਸਿੰਘ ਚੀਮਾ ਕੋਈ ਭਿੰਡਰਾਂ ਵਾਲੇ ਦਾ ਚੇਲਾ ਤੇਰਾ ਵੀ ਨੰਬਰ ਲਾਜੂਗਾ ਤੇ ਕਹਿੰਦੇ ਕਿਵੇਂ ਲਾਜੂਗਾ ਇਹ ਤੁਸੀਂ ਭੜਕਾਉਂਦੇ ਜਾਓ ਭੜਕਾਊ ਪ੍ਰਚਾਰ ਬੰਦ ਕਰ ਦਿਓ ਇੱਥੇ ਬਾਬਾ ਐਵੇਂ ਚੱਲੂਗਾ ਜੇ ਆਪਣੇ ਵੱਡ ਵਡੇਰਿਆਂ ਨੂੰ ਨਾ ਯਾਦ ਕੀਤਾ ਤੇ ਲੋਕ ਫਟਕਾਰਾਂ ਪਾਉਂਦੇ ਆ ਤੇ ਪਿਆਰੇ ਖਾਲਸਾ ਜੀ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਦਿੱਲੀ ਦੇ ਗੁਰਦੁਆਰਾ ਸਿੰਘ ਸਭਾ ਤੋਂ ਕੀਤਾ ਅੰਮ੍ਰਿਤਪਾਨ ਦਿਨ ਮਿਥਲਿਆ ਜੇ 31 ਅਕਤੂਬਰ ਦਾ ਅੱਜ ਜਿਨ੍ਹਾਂ ਨੇ ਗੁਰੂ ਗ੍ਰੰਥ ਤੇ ਜਿਨ੍ਹਾਂ ਗੁਰੂ ਇਤਿਹਾਸ ਤੇ ਅੱਜ ਜਿਹੜੇ ਗੁਰਤਾ ਮਾਂ ਤੇ ਉਂਗਲੀ ਕਰਦੇ ਨੇ ਕਿ ਜਿਹੜਾ ਤਖਤ ਅਕਾਲ ਸਰਕਾਰਾਂ ਤੋਂ ਨਹੀਂ ਢੱਠਿਆ ਨੇਕੀ ਚੰਦ ਕਹਿੰਦਾ ਮੈਂ ਢਾਡੇ ਵਿਖਾਊ ਸੁਣ ਲਾ ਨੇਕੀਆ ਇਹ ਤੇਰੇ ਪਿਓ ਦਾ ਬਣਾਇਆ ਨੀ ਸਾਡੇ ਪਿਓ ਦਾ ਬਣਾਇਆ ਢਾਡੀਆਂ ਨੂੰ ਜਨਮ ਦੇਣ ਵਾਲੇ ਦਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਾਦੇ ਦਾ ਦਰਜੇ ਤੇ ਪਿਆਰੇ ਖਾਲਸਾ ਜੀ ਹੁਣ ਇਹਨਾਂ ਯੋਧਿਆਂ ਦੇ 31 ਅਕਤੂਬਰ ਦਿਨ ਆਉਣ ਦੀਆਂ ਅਡੀਕਾਂ ਕਿਤੀਆਂ ਚੜਿਆ ਜੇ ਦਿਨ ਬਈ ਇਹਨਾਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਤੇ ਕਿਤੇ ਜਾਪ ਬਈ ਬੜੀ ਚੰਡੀ ਦੀ ਵਾਰ ਹੋ ਤਿਆਰ ਪਰ ਤਿਆਰ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਕਹਿਣ ਲੱਗਾ ਵੀਰਿਆ ਕਿਉਂ ਨਾ ਆਪਣੇ ਸ਼ਸਤਰ ਸਾਫ਼ ਕਰ ਲਈਏ ਬੇਅੰਤ ਸਿੰਘ ਕਹਿੰਦਾ ਸੋਹਣਿਆ ਸ਼ਸਤਰ ਤੇ ਸਾਫ਼ ਕਰ ਲਈਏ ਦਿੱਤੇ ਦੇ ਪਾਪਣ ਦੇ ਜੇ ਮੌਕੇ ਤੇ ਜਵਾਬ ਦੇ ਗਏ ਹੁਣ ਇੰਨੀ ਦਲੇਰੀ ਦੇ ਬੋਲ ਅਜੇ ਚੜ੍ਹਦੀ ਜਵਾਨੀ ਆ ਤੇ ਅੱਜ ਕੱਲ੍ਹ ਮਾਵਾਂ ਦੇ ਪੁੱਤ 35-35 ਸਾਲ ਦੇ ਹੋ ਗਏ ਫਿਰ ਵੀ ਮਾਵਾਂ ਦੀਆਂ ਬੁੱਕਲਾਂ 'ਚ ਵੜ ਕੇ ਬਹਿ ਜਾਂਦੇ ਜਦੋਂ ਕੌਮ ਤੇ ਵਿਪਤਾ ਬਣਦੀ ਆ ਤੇ ਕਹਿਣ ਲੱਗਾ ਵੀਰਿਆ ਫਿਰ ਕੀ ਹੋਇਆ ਜੇ ਦਿੱਤੇ ਪਾਪਣ ਦੇ ਹੇਕ ਨਾਲ ਲਾ ਕੇ ਤੇ ਆਪਾਂ ਰੱਖਦੇ ਰਹੇ ਆ ਨਾ ਚੱਲ ਕਰੀਏ ਸ਼ਸਤਰ ਸਾਫ਼ ਇੱਧਰ ਪਾਪਣ ਨੇ ਜਾਣਾ ਅੱਜ ਇੰਟਰਵਿਊ ਨੂੰ ਅੱਜ ਤੇ ਸਾਰਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੈ ਨਾ ਸਾਡੇ ਕੋਲ ਸੋਸ਼ਲ ਮੀਡੀਆ ਤੇ ਉਹ ਬੀਬੀ ਨੂੰ ਅੱਜ ਚਾਹ ਬੜਾ ਕੇ ਮੈਂ ਟੀਵੀ ਤੇ ਆਉਣਾ ਤੇ ਸੋਨੀਆ ਗਾਂਧੀ ਜਿੰਦੀ ਜੇ ਉਸਤਾਦ ਜੀ ਕਹਿੰਦੇ ਨੇ ਮੇਰੇ ਕਹਿੰਦੇ ਭਾਵੇਂ ਜਾ ਕੇ ਪੁੱਛ ਵੀ ਲਿਓ ਇਹ ਅੱਜ ਇੰਦਰਾ ਸੋਨੀਆ ਨੂੰ ਕਹਿੰਦੀ ਬੇਟਾ ਸੁਣਿਆ ਹੋਣਾ ਆਂਦੀ ਬੇਟਾ ਸਾਰੀ ਕੌਣ ਸੀ ਲਗਾਊ ਤੇ ਸੋਨੀਆ ਨੇ ਲਾਲ ਕੱਢ ਕੇ ਦਿੱਤੀ ਮੋਮ ਜੇ ਲਗਾਓ ਆ ਪੁੱਛਣ ਵਾਲਾ ਹੋਵੇ ਨੂੰ ਆ ਤੇਰੀ ਮਾਂ ਦਾ ਧੌਲਾ ਝਾਟਾ ਆ
ਨਾਇ ਦਾ ਸਿਰ ਤੇ ਖਸਮ ਉਦੋਂ ਲਾਲ ਕਰਕੇ ਦਿੰਦੀ ਏ। ਇਹ ਬੀਬੀ ਨੇ ਵੀ ਚਾਹ ਦੇ ਵਿੱਚ ਅੱਜ ਜੈਕਟ ਪਾਉਣੀ ਭੁਲਾ ਦਿੱਤੀ, ਇਹ ਪਾਉਂਦੀ ਲਾਲ ਰੰਗ ਦੀ ਸਾੜੀ, ਇਹ ਕਰਦੀ ਆਪਣਾ ਬੋਦਾ ਡਾਈ, ਇਹ ਫੋਟੋ ਨਾਲ ਪੂਠਾ ਲਿਸ਼ਕਾ ਕੇ ਲਾਉਂਦੀ ਲਾਲ ਰੰਗ ਦੀ ਸੁਰਖੀ ਹੋਈ ਤਿਆਰ, ਇਹ ਉੱਚੀ ਅੱਡੀ ਵਾਲੇ ਸੈਂਡਲ ਲੱਭਦੀ ਫੜਦੀ ਏ। ਇੱਧਰ ਕਰਦੀ ਦੱਦੇ ਬੱਬਰ ਪੁੱਤਰ ਹੋਏ ਤਿਆਰ, ਪਰ ਭਾਈ ਸ਼ਿਕਾਰ ਦੀ ਗੱਲ ਨੇ ਉਡੀਕ ਤੇ ਇੱਧਰੋਂ ਜਦੋਂ ਪਾਪਣ ਆਈ ਨਾ ਲੱਗ ਜਿਆ ਹਲੋਦੀ ਅਯੋਧਿਆ ਦੀ ਮਾਰ ਦੇ ਹੇਠਾਂ ਭਾਈ ਬਿਆੰਤ ਸਿੰਘ ਦੇ ਭਾਈ ਟੱਕਿਆ ਕਿ ਤੌੜੀ ਜੀ ਅੱਖ ਦੇ ਨਾਲ ਮਾਰ ਕੇ ਲਲਕਾਰਾ ਆ ਛੱਡ ਕੇ ਜੱਗਾ ਲਾ ਤਾਰ 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 ਕਰਦੀਆਂ ਗੋਲੀਆਂ ਇਹਦੀ ਹੇਕ ਦੇ ਵਿੱਚ ਮਾਰੀਆਂ। ਸਤਵੰਤ ਸਿੰਘ ਕਹਿੰਦਾ ਜੇ ਘਰ ਨਹੀਂ ਪੂਰਾ ਹੋਇਆ 20 ਗੋਲੀਆਂ ਵਾਲੀ ਕਾਰ ਬਣ ਸੀ, ਇੱਕ 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 ਕਰਕੇ ਸਾਰੀਆਂ ਬੱਚੀ ਕਰ ਦਿੱਤੀਆਂ। ਜਿਹੜੀ ਕਹਿੰਦੀ ਸੀ ਨਾ ਸਿੰਘ ਨਹੀਂ ਵੇਖਦੇ, ਫਿਰ ਕਲਗੀ ਧਰਦੇ ਬੱਬਰ ਪੁੱਤਰਾਂ ਨੇ ਇਹਦੀ ਇੱਕ ਦੇ ਉੱਪਰ ਖਾਲਸਤਾਨ ਦਾ ਨਕਸ਼ਾ ਪਾ ਕੇ ਨਰਕਾਂ ਨੂੰ ਤੋਰਿਆ। ਇਸੇ ਕਰਕੇ ਹੁਣ ਆ ਜਿਹੜੇ ਪੰਥ ਦੋਗੀ ਨੇ ਆ ਨਿਊਜ਼ੀਲੈਂਡ ਬੈਠਾ, ਕੋਈ ਇੱਥੇ ਬੈਠਾ ਆਪਣੇ ਆਪ ਨੂੰ ਅਪਗ੍ਰੇਡ ਕਰਾਉਣਾ ਜਿਹੜਾ, ਤੇ ਸੁਲੱਖਣ ਸਿੰਘ ਪਤਾ ਕੀ ਆਂਦਾ ਕਹਿੰਦਾ ਤੂੰ ਹੱਥ ਪਾਉਣਾ ਅਰਖਾਂ ਨੂੰ, ਉਹ ਤੇਰੇ ਗਲ
ਸੀਓ ਇੱਕ ਵਾਰ ਜੋ ਮੁਖ ਚ ਬਚਨ ਕਹਿੰਦਾ ਕਰਦਾ ਪੂਰਾ ਇੰਨਾ ਗਿਆਨਵਾਨ ਸੀ ਉਹ ਬਈ ਨਾਮ ਸੀ ਜਰਨੈਲ ਉਸ ਸੂਰਮੇ ਦਾ ਕਰਦਾ ਗੁਰਾਂ ਤੋਂ ਜਿੰਦ ਕੁਰਬਾਨ ਸੀ ਉਹ ਪ੍ਰੀਤ ਉਹਦੀ ਸਿਫਤ ਨਹੀਂ ਲਿਖ ਸਕਦਾ ਆਇਆ ਜਗ ਤੇ ਸੰਤ ਮਹਾਨ ਸੀ ਉਹ ਪੁੱਤਰ ਦਸਮ ਦਾ ਸੰਤ ਮਹਾਨ ਸੀ ਉਹ ਮਾਤਾ ਨਿਹਾਲ ਕੌਰ ਦਾ ਜਾਇਆ ਜਿਹਨੂੰ ਕਹਿੰਦੇ ਆ ਪਿੰਡਰਾਂ ਵਾਲਾ ਜੇ ਕਹਿੰਦੇ ਆ ਨਾ ਕਿ ਅਸੀਂ ਤੀਰ ਵਾਲੇ ਬਾਬੇ ਦੇ ਫੈਨ ਆ ਤੇ ਜਿਹੜੇ ਉਹਨੇ ਬਚਨ ਕੀਤੇ ਸੀ ਪਰ ਉਹਨਾਂ ਤੇ ਖਰੇ ਵੀ ਉਤਰੀਏ ਤੇ ਕਿਵੇਂ ਉਤਰਿਆ ਜਾਊ ਕਲਗੀ ਧਰਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ ਅੱਡਲਾ ਵੀ ਮਹਾਰਾਜ ਨੂੰ ਕਹਿੰਦਾ ਸੀ ਸਾਹਿਬ ਜੀ ਇਹ ਕਲਗੀਆਂ ਵਾਲੇ ਪ੍ਰੀਤਮ ਮੈਨੂੰ ਦਰਗਾਹ ਦੇ ਵਿੱਚ ਇੱਕ ਪੀੜੀ ਜਿੰਨਾ ਥਾਂ ਦੇ ਦਿਓ ਮਹਾਰਾਜ ਕਹਿੰਦੇ ਡੱਲਿਆ ਪੀੜੀ ਜਿੰਨੀ ਥਾਂ ਦੀ ਮੰਗ ਕਰਦਾ ਤੈਨੂੰ ਤੇ ਸੂਈ ਦੇ ਨੱਕੇ ਜਿੰਨੀ ਵੀ ਨਹੀਂ ਮਿਲਣੀ ਸਤਿਗੁਰਾਂ ਦੇ ਚਰਨ ਫੜ ਕੇ ਇਤਨਾ ਬਹਿਰਾਗ ਕੀਤਾ ਸਾਹਿਬਾਂ ਦੇ ਚਰਨ ਧੋ ਦਿੱਤੇ ਮਹਾਰਾਜ ਭੁੱਲ ਹੋ ਗਈ ਕੋਈ ਮਹਾਰਾਜ ਕਹਿੰਦੇ ਡੱਲਿਆ ਜੇ ਨਗੁਰਾ ਇਹ ਨਗੁਰੇ ਕਾ ਹੈ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਤਿਆਰ ਬਰ ਤਿਆਰ ਹੋ ਤੇ ਫਿਰ ਜਿਹੜਾ ਗੁਰੂ ਦਾ ਖਾਲਸਾ ਕਦੇ ਵੀ 84 ਦੀਆਂ ਜੂਨਾਂ ਵਿੱਚ ਨਹੀਂ ਪੈਂਦਾ ਕਿਉਂਕਿ ਗੁਰੂ ਦੇ ਖਾਲਸੇ ਦਾ ਸਿੱਧਾ ਕਨੈਕਸ਼ਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ ਤੇ ਫਿਰ ਭਾਈ ਡੱਲੇ ਨੇ ਤੇ ਸਾਰੇ ਪਰਿਵਾਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅੱਜ ਭਾਈ ਡੱਲੇ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਪਰ ਚਮਕਦਾ ਹੈ ਤੇ ਇਸ ਕਰਕੇ ਬੇਨਤੀ ਆ ਭਾਈ ਤਿਆਰ ਬਰ ਤਿਆਰ ਹੋਈਏ ਦਿੱਤਾ ਸਮਾਂ ਸਮਾਪਤ ਅਣਜਾਣ ਬੱਚਿਆਂ ਬੋਲਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ ਗੁਰੂ ਦੀ ਸੰਗਤ ਸਤਿਗੁਰ ਜੀ ਬਖਸ਼ਣ ਯੋਗ ਨੇ ਬਖਸ਼ ਦਿਆ ਜੇ ਸਮੁੱਚੀ ਸੰਗਤ ਦੇ ਧੰਨਵਾਦੀ ਜਿਹਨਾਂ ਵੱਲੋਂ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਦੇ ਕੇ ਨਿਵਾਜਿਆ ਗਿਆ ਗਿਆਨੀ ਸਾਹਿਬ ਸਿੰਘ ਜੀ ਉਹਨਾਂ ਦੇ ਧੰਨਵਾਦੀ ਹੈ ਜਿਹਨਾਂ ਨੇ ਹੁਕਮ ਲਾ ਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਜਿੰਨੇ ਵੀ ਗੁਰਮੁਖ ਪਿਆਰੇ ਸਾਰਿਆਂ ਦਾ ਧੰਨਵਾਦ ਆ ਜਿਹੜੇ ਵੀਰ ਲਾਈਵ ਚਲਾ ਰਹੇ ਨੇ ਇਹ ਸਾਰੇ ਪ੍ਰੋਗਰਾਮ ਨੂੰ ਇਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਕਿਉਂਕਿ ਜਿੱਥੇ ਵੀ ਸੰਗਤਾਂ ਵੱਸਦੀਆਂ ਨੇ ਤੇ ਪਿਆਰੇ ਖਾਲਸਾ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਸਮਾਗਮਾਂ ਦਾ ਆਨੰਦ ਮਾਣਦੀਆਂ ਨੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਸਾਊਂਡ ਵਾਲ ਵੀਰਿਆਂ ਨਾਲ ਬੜੀ ਵਾਰ ਮਿਲਾਪ ਹੁੰਦਾ ਬੜੀ ਕਿਰਪਾ ਜੇ ਸਾਊਂਡ ਤੇ ਮਹਾਰਾਜ ਹੋਰ ਕਿਰਪਾ ਕਰਨ ਤੇ ਧੰਨਵਾਦੀਆਂ ਇਹਨਾਂ ਦੇ ਬੜੇ ਵਧੀਆ ਤਰੀਕੇ ਨਾਲ ਸਾਰੇ ਸਾਊਂਡ ਦੀ ਸੈਟਿੰਗ ਕੀਤੀ ਤੇ ਗੁਰੂ ਘਰ ਦੇ ਵਜ਼ੀਰਾਂ ਦੇ ਧੰਨਵਾਦੀਆਂ ਸ਼ੁਕਰਾਨੇ ਕਰੀਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਨ੍ਹਾਂ ਨੇ ਤਰਸ ਕਰਕੇ ਰਹਿਮਤ ਕਰਕੇ ਸਾਨੂੰ ਸਭ ਨੂੰ ਆਪਣੀ ਗੋਦਾ ਨਿਗ ਦਿੱਤਾ ਜਥੇ ਨੂੰ ਇੱਥੋਂ ਦਿਓ ਜੀ ਆਸੀਸ ਬਖਸ਼ ਦਿਓ ਜੀ ਛੁੱਟੀਆਂ ਹੁਣ ਕੋਈ ਵੀ ਦੱਸਣਾ ਵਾਂਝੀ ਨਾ ਰਹੇ ਆਓ ਜੀ ਚੜ੍ਹਦੀ ਕਲਾ ਵਾਲਾ ਜਕਾਰਾ ਕਹਿੰਦੇ ਆ ਫਤਿਹ ਬੁਲਾਈਏ ਜੀ ਖੁਸ਼ੀਆਂ ਦੇ ਜਕਾਰੇ ਕਲਾਵੇ ਨਾ ਹੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਰਨ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਸਤਿਗੁਰੂ ਪਹੁੰਚਾ ਰੱਖਿਆ ਪਿਆਰ ਵਰ ਪਿਆਰ ਹਰ ਮੈਦਾਨ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।